ਜਿਹਦਾ ਜਨਮ ਦਿਹਾੜਾ ਦੇਸ਼ ਭਰ ਚੇ ਮਨਾਇਆ ਗਿਆ ਤੂਮਤਾਮ ਦੇ ਨਾਲ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਇੱਕ ਪਾਰਟੀ ਦੇ ਨੇਤਾ ਵੱਲੋਂ ਸੋਸ਼ਲ ਮੀਡੀਆ ਤੇ ਸ਼੍ਰੀ ਗੁਰੂ ਰਵਿਦਾਸ ਜਨਤੀਦਿਆ ਦੇਸ਼ ਵਾਸੀਆਂ ਨੂੰ ਦਿੱਤੀਆਂ ਗਈਆਂ ਵਧਾਈਆਂ ਉੱਥੇ ਹੀ ਪੀਐਮ ਮੋਦੀ ਵੱਲੋਂ ਦਿੱਲੀ ਸਰ ਦਿੱਤੇ ਗੁਰੂ ਰਵਿਦਾਸ ਸਾਹਿਬ ਪਹੁੰਚ ਗਏ ਸੰਗਤਾਂ ਦਾ ਨਾਲ ਕੀਤਾ ਗਿਆ ਕੀਰਤਨ ਰਾਜੀ ਜੀ ਦੀ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਜਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਵਾਰਾਨਸੀ ਸਥਿਤ ਗੁਰੂ ਰਵਿਦਾਸ ਜੀ ਦੇ ਮੰਦਰ ਚਨਤਮਸਤਕ ਹੋਣ ਦੇ ਲਈ ਪਹੁੰਚੇ ਦੌਰਾਨ ਮੁੱਖ ਮੰਤਰੀ ਚੰਨੀ ਵੱਲੋਂ ਨਤਮਸਤਕ ਉਹਨਾਂ ਸੰਗਤਾਨ ਨਾਲ ਵੀ ਕੀਤੀ ਗਈ ਗੱਲਬਾਤ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਕੁੰਡਲੀ ਹਾਈਵੇ ਤੇ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ ਅਦਾਕਾਰ ਦੀਪ ਸਿੱਧੂ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ ਜਿਸ ਦੌਰਾਨ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜ਼ਰਾਂ ਦੀਪ ਸਿੱਧੂ ਦੇ ਨਾਲ ਉਹਨਾਂ ਦੀ ਮਹਿਲਾ ਸਾਥੀ ਮੌਜੂਦ ਸੀ ਜਿਸ ਨੂੰ ਕੇ ਗੰਭੀਰ ਸੱਟਾਂ ਲੱਗੀਆਂ ਸਨ ਜੋ ਹਸਪਤਾਲ 'ਚ ਜੇਰੇ ਹੈ ਸਿੱਧੂ ਦੰਤਿਮ ਸੰਸਕਾਰ ਲੁਧਿਆਣਾ ਵਿਖੇ ਹੋਇਆ ਉਤੈ ਹੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਿਆਸਤ ਤੇ ਫਿਲਮ ਇੰਡਸਟਰੀ ਚ ਸੋਗ ਦੀ ਲਹਿਰ ਹਰ ਕੋਈ ਦੀਪ ਸਿੱਧੂ ਨੂੰ ਨਮਕਖਾ ਦੇ ਨਾਲ ਕਰ ਰਿਹਾ ਹੈ ਜາດ ਹਰੇਕ ਸ਼ਖਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ੋਮਨੀ ਕਮੇਟੀ ਦੇ ਪ੍ਰਧਾਨ ਜਥੇਦਾਰ ਪ੍ਰੇਮ ਸਿੰਘ ਲਾਲਪੁਰਾ ਦੇ ਪੁੱਤਰ ਤੇ ਸੀਨੀ ਅਲੀ ਆਗੋਦਲਜੀ ਸਿੰਘ ਲਾਲਪੁਰਾ ਸਨੇ ਪਰਮਜੀਤ ਸਿੰਘ ਅ ਸੰਦੂ ਅਜ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੁਗ ਨੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਜੁਗ ਨੇ ਕਿਹਾ ਕਿ ਪਾਰਟੀ ਲਈ ਇਹ ਇਤਿਹਾਸਕ ਦਿਨ ਹੈ ਇਹਨਾਂ ਦੋਵਾਂ ਅਗਵਾ ਦੇ ਪਾਰਟੀ ਵਿੱਚ ਹੋਰ ਨਾਲ ਤਰਨ ਤਾਰ ਅਤੇ ਮਾਝੇ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਸਭ ਤੋਂ ਜਣਾ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਦਰਸਾ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਬੁੱਧਵਾਰ ਨੂੰ ਆਪ ਜੀ ਸ਼ਾਮਲ ਹੋ ਗਏ ਜਨ ਇਸ ਮੌਕੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਅਤੇ ਭਗਵੰਤ ਮਾਨ ਨੂੰ ਨਰ ਸਵਾਗਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਰਿੰਟੂ ਟਿਕਟ ਨਾ ਮਿਲਣ ਤੋਂ ਨਾਰਾਜ਼ ਸੀ ਜਿਸ ਕਾਰਨ ਉਸਨੇ ਕਾਂਗਰਸ ਨੂੰ અલਵਿਦਾ ਕਹਿ ਦਿੱਤਾ ਦਾਵਾ ਜਣਾ ਚੋ ਜੀ ਦਿਨ ਰਹਿ ਗਏ ਨੇ ਪੰਜਾਬ ਚ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਤੇ ਲਾ ਵਿਚਾਲਿਆ ਰੋਪਾ ਦਾ ਦੌਰ ਜਾਰੀ ਹੈ ਇਸੇ ਲੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਤ ਦਾ ਦਾਅਵਾ ਕਰਦਿਆ ਕਿਹਾ ਕਿ ਭਗਵੰਤ ਮਾਨ ਤੁਰਿਤੋ ਕਟੋ ਕਟ 51000 ਵੋਟਾਂ ਨਾਲ ਜਿੱਤ ਰਹੇ ਨੇ ਅਤੇ ਚਨੀ ਸਾਹਬ ਅਤੇ ਦੋਵੇਂ ਸੀਟਾਂ ਤੋਂ ਹਾਰੇ ਨੇ ਜਿਸ ਤੋਂ ਬਾਅਦ ਸੀਐਮ ਚਨੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਜੀ ਤੁਸੀਂ ਕਟੋ ਕਟ 51000 ਝੂਠ ਬੋਲ ਰਹੇ ਹੋ 2017 ਦੀ ਤਰ੍ਹਾਂ ਤੁਹਾਡੀਆਂ ਇਹ ਸਾਰੀਆਂ ਗੱਲਾਂ 10 ਮਾਰਚ ਨੂੰ ਗਲਤ ਸਾਬਤ ਹੋ ਜਾਣਗੀਆਂ ਸਰਸਵ ਚੋਣਾਂ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਲਈ ਵੱਡੇ ਵੱਡੇ ਵਾਅਦੇ ਕਰ ਰਹੀਆਂ ਨੇ ਇਸੇ ਕੜੀਚੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਸائیں ਚਾਰਜਰਾਗਵ ਚੱਟਾ ਤੇ ਚਮਕੌਰ ਸਾਹਿਬ ਦੀ ਮਿੱਟੀ ਫੜ ਕੇ ਕਸਮ ਖਾਦੀ ਕਿ ਆਪ ਦੀ ਸਰਕਾਰ ਬਣਨ ਤੇ ਰੇਤ ਮਾਫੀਆ ਖਿਲਾਫ ਮਾਮਲਾ ਕਿ ਤਾ ਜਾਵੇਗਾ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਰੂਸ ਜੁਕਰੇਨ ਤੇ ਨੇ ਦੋਵੇਂ ਦੇਸ਼ ਜੰਗ ਦੇ ਬਹੁਤ ਨੇੜੇ ਨੇ ਜਦੋਂ ਕਿ ਜੁਕਰੇਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਰੂਸੀ ਫੌਜਾਂ ਜੁਕਰੇਨ ਤੇ ਹਮਲਾ ਕਰ ਸਕਦੀਆਂ ਨੇ ਰੂਸ ਨੇ ਪਹਿਲਾਂ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ ਜੁਕਰੇਨ ਦੀ ਸਰਹੱਦ ਤੇ ਮਿਜਾਈਲਾ ਤੈਨਾਤ ਕੀਤੀਆਂ ਨੇ ਨਾਲ ਹੀ ਸੈਟੇਲਾਈਟ ਤਸਵੀਰਾਂ ਚ ਸਾਬਤ ਵਿਖਿਆ ਜਾ ਸਕਦਾ ਹੈ ਕਿ ਜੁਕਰੇਨ ਦੀ ਸਰਹੱਦ ਤੋਂ 110 ਕਿਲੋਮੀਟਰ ਦੂਰ ਰੂਸੀ ਫੌਜਾਂ ਨੇ ਟੈਂਟ ਲਗਾ ਕੇ ਜੰਗ ਦੀ ਪੂਰੀ ਤਿਆਰੀ ਕਰ ਲਈ ਹੈ ਚੇਡ ਟਰੱਕ ਡਰਾਈਵਰਾਂ ਦਾ ਅੰਦੋਲਨ ਜੋ ਪਿਛਲੇ ਕਰੀਬ ਇੱਕ ਹਫਤੇ ਤੋਂ ਚੱਲ ਰਿਹਾ ਹੈ ਜਿਸ ਦੀ ਹੁਣ ਖਤਮ ਹੋਣ ਦੀ ਉਮੀਦ ਹੈ ਰਾਇਲ ਕੈਨੇਡੀਅਨ ਐ ਮਾਉਂਟੇਡ ਪੁਲਿਸ ਨੇ ਪਰੋਸਾ ਪ੍ਰਗਟਾਇਆ ਹੈ ਕਿ ਮੈਨੀਟੋਬਾ ਅਮਰੀਕਾ ਸਰਹੱਦ ਤੇ ਕੋਵਿਡ-19 ਮਹਾਮਾਰੀ ਦੀਆਂ پابੰਦੀਆਂ ਵਿਰੁੱਧ ਚੱਲ ਰਿਹਾ ਅੰਦੋਲਨ ਅਜ ਖਤਮ ਹੋ ਸਕਦਾ ਹੈ ਇਸ ਅੰਦੋਲਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ